योसफ पोल्ट्री फार्म शाहकोट जलंधर विखे ਤੁਹਾਡਾ ਸਵਾਗਤ ਹੈ। जो ਤੁਸੀਂ ਆ ਦੇਖ ਰਹੇ ਹੋ ਚਿਕਸ ਰੈਡੀ ਫਾਰ ਡਿਲੀਵਰੀ। सही गल है, जलंधर से पठानकोट ਅਸੀਂ ਤੁਸੀਂ ਦੇਖ ਸਕਦੇ ਹੋ ਚਿਕਸ ਰੈਡੀ ਆ ਡਿਲੀਵਰੀ ਵਾਸਤੇ। ਆ ਤੁਸੀਂ ਸਾਡੀਆਂ ਹੈਚਿੰਗ ਡੇਟਸ ਦੇ ਸਕਦੇ ਹੋ 30 ਅਪ੍ਰੈਲ, 4 ਮਈ, 9 ਮਈ, 13 ਮਈ ਨੂੰ ਚਿਕਸ ਨਿਕਲੂਗੇ ਦੁਬਾਰਾ। ਅਗਰ ਕਿਸੇ ਨੂੰ ਚਿਕਸ ਚਾਹੀਦੇ ਉਹਨੂੰ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਆ ਤੁਸੀਂ ਦੇਖ ਸਕਦੇ ਹੋ ਚਿਕਸ ਇਹ ਰੈਡੀ ਆ ਜੀ, ਇਹ ਚਿਕਸ ਪਠਾਨਕੋਟ ਭੇਜਣ ਵਾਸਤੇ ਰੈਡੀ ਆ, ਡਿਲੀਵਰੀ ਹੋਣ ਲਈ ਰੈਡੀ ਆ ਜੀ। ਵੈਕਸੀਨ ਹੋ ਚੁੱਕੀ ਹੈ ਜੀ ਇਹਨਾਂ ਦੀ, ਪ੍ਰੋਪਰ ਤਰੀਕੇ ਨਾਲ ਬਾਕਸਿਸ ਦੇ ਵਿੱਚ ਪੈਕ ਹੋ ਗਏ ਆ ਚਿਕਸ, ਤੁਸੀਂ ਦੇਖ ਸਕਦੇ ਹੋ। ਆ ਤੁਸੀਂ ਦੇਖ ਸਕਦੇ ਹੋ ਗਰੋਥ ਦੇਖ ਸਕਦੇ ਹੋ ਬੱਚੇ ਦੀ, ਥੋੜ੍ਹੀ ਦੇਰ ਪਹਿਲਾਂ ਇਹ ਨਿਕਲੇ ਸੀ ਚਿਕਸ। ਅੱਜ ਜਿਹੜੀ ਡੇਟ ਹੈਗੀ ਆ 25 ਮਾਰਚ 2021 ਆ, ਅਤੇ ਚਿਕਸ ਨਿਕਲ ਚੁੱਕੇ ਆ। ਹੁਣ ਇਸ ਵਕਤ ਸ਼ਾਮ ਦਾ ਟਾਈਮ ਹੈ, ਚਿਕਸ ਰੈਡੀ ਅਗਰ ਕਿਸੇ ਨੂੰ ਚਾਹੀਦੀ ਹੁਣ ਤੁਸੀਂ ਦੇਖ ਸਕਦੇ ਹੋ ਜੀ ਚਿਕਸ ਰੈਡੀ ਆ ਡਿਲੀਵਰੀ ਵਾਸਤੇ, ਸਾਡੀ ਗੱਡੀ ਦੇ ਵਿੱਚ ਜਾ ਰਹੇ ਆ ਚਿਕਸ ਫੋਰ ਰੈਡੀ ਫੋਰ ਡਿਲੀਵਰੀ। ਕੀ ਹਾਲ ਆ ਕਿਸਾਨ ਵੀਰੋ, ਯੂਸਫ ਪੋਲਟਰੀ ਫਾਰਮ 'ਚ ਤੁਹਾਡਾ ਸਵਾਗਤ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚਿਕਸ ਜੋ ਗੱਡੀ ਦੇ ਵਿੱਚ ਰੱਖੇ ਹੋਏ ਆ, ਇਹ ਡਿਲੀਵਰੀ ਵਾਸਤੇ ਰੈਡੀ ਆ। ਤੁਸੀਂ ਅਸੀਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਹਾਂ, ਵੇਟ ਕਰੋ ਤਾਂ ਤੁਸੀਂ ਦੇਖੋ। ਆ ਦੇਖੋ ਜੀ ਇੱਦਾਂ ਰੈਕ ਬਣਾਏ ਹੋਏ ਜੀ, ਚਿਕਸ ਡਿਲੀਵਰੀ ਵਾਸਤੇ ਰੈਡੀ ਹੈ ਜੀ। ਤੁਸੀਂ ਦੇਖ ਸਕਦੇ ਡਿਲੀਵਰੀ ਕਰ ਡਿਲੀਵਰੀ ਹੁੰਦੀ ਪਈ ਜੀ। ਆ ਤੁਸੀਂ ਦੇਖ ਸਕਦੇ ਹੋ ਚਿਕਸ ਜਾ ਰਹੇ ਆ ਜੀ, ਪਠਾਨਕੋਟ ਜਾ ਰਹੇ ਆ ਜੀ, ਜਲੰਧਰ ਤੋਂ ਪਠਾਨਕੋਟ। ਤੁਸੀਂ ਦੇਖ ਸਕਦੇ ਹੋ ਚਿਕਸ ਡਿਲੀਵਰੀ ਵਾਸਤੇ ਰੈਡੀ ਆ, ਆਵੇ ਆ ਜੀ, ਰੱਖਦੇ ਪਏ ਹਾਂ ਜੀ ਬੋਕਸਿਸ ਦੇ ਵਿੱਚ, ਰੈਕ ਬਣਾਏ ਹੋਏ ਸਪੈਸ਼ਲ। ਦੇਖ ਸਕਦੇ ਹੋ ਗੱਡੀ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ, ਚਿਕਸ ਰੈਡੀ ਆ ਡਿਲੀਵਰੀ ਵਾਸਤੇ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ। ਅਗਰ ਕਿਸੇ ਨੂੰ ਦੇਸੀ ਕੜਕਨਾਥ ਜਾਂ ਆਰਆਈਆਰ ਦੇ ਚਿਕਸ ਚਾਹੀਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ। ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।